ਪੋਸ਼ ਮੁਹੱਲਾ ਮਹਿੰਦਰ ਕਲੋਨੀ ਵਿਚ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੇ ਪਾਰਕ ਵਿਚ ਖੇਡਣ ਆਏ ਬੱਚੇ ਨੇ ਜਦੋਂ ਕੁੱਤਿਆਂ ਨੂੰ ਦੇਖਿਆ ਤਾਂ ਉਹ ਗੇਟ ਉੱਤੇ ਖੜਾ ਹੋ ਗਿਆ, ਪਰ ਅਵਾਰਾ ਕੁੱਤਿਆਂ ਨੇ ਇਸ ਮਾਸੂਮ ਨੂੰ ਗੇਟ ਤੋਂ ਹੀ ਖਿੱਚ ਕੇ ਪੂਰੀ ਤਰ੍ਹਾਂ ਨੋਚ ਦਿੱਤਾ। ਉਸ ਨੂੰ ਪੈਰਾਂ ਤੋਂ ਖਿੱਚ ਨੋਚਦੇ ਹੋਏ ਦੂਰ ਤੱਕ ਲੈ ਗਏ। ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਤੁਸੀਂ ਵੀ ਵੇਖੋ ਸੀਸੀਟੀਵੀ ਕੈਮਰੇ ਵਿਚ ਕੈਦ ਤਸਵੀਰਾਂ। ਬੱਚੇ ਦੀਆਂ ਚੀਕਾਂ ਸੁਣ ਲੋਕ ਭੱਜੇ ਆਏ ਤੇ ਅਵਾਰਾ ਕੁੱਤਿਆਂ ਨੂੰ ਭਜਾਇਆ, ਜਿਸ ਕਾਰਨ ਕੁੱਤੇ ਬੱਚੇ ਨੂੰ ਛੱਡ ਕੇ ਭੱਜ ਗਏ, ਜਿਸ ਕਾਰਨ ਬੱਚੇ ਦੀ ਜਾਨ ਬਚ ਗਈ ਪਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਅਵਾਰਾ ਕੁੱਤਿਆਂ ਤੋਂ ਬਹੁਤ ਪਰੇਸ਼ਾਨ ਹਨ, ਪਰ ਪ੍ਰਸ਼ਾਸਨ ਨੂੰ ਕੋਈ ਪਰਵਾਹ ਨਹੀਂ ਹੈ। ਜਲੰਧਰ ਹੁਸ਼ਿਆਰਪੁਰ ਤੋਂ ਬਾਅਦ ਹੁਣ ਸੰਗਰੂਰ ਸੀਟ ਦੇ ਐਲਾਨ ਤੋਂ ਬਾਅਦ ਵੀ ਕਾਂਗਰਸ 'ਚ ਬਗਾਵਤ ਸਾਹਮਣੇ ਆਈ ਹੈ। ਪਾਰਟੀ ਖਿਲਾਫ ਬਗਾਵਤ ਦਾ ਝੰਡਾ ਚੁੱਕਣ ਵਾਲਿਆਂ 'ਚ ਇੱਕ ਹੋਰ ਨਾਂ ਜਸਵਿੰਦਰ ਧੀਮਾਨ ਦਾ ਵੀ ਜੁੜ ਚੁੱਕਿਆ ਹੈ। ਕਾਂਗਰਸੀ ਦੇ 3 ਵਾਰ ਵਿਧਾਇਕ ਰਹਿ ਚੁੱਕੇ ਸੁਰਜੀਤ ਧੀਮਾਨ ਦੇ ਬੇਟੇ ਜਸਵਿੰਦਰ ਧੀਮਾਨ ਸੰਗਰੂਰ ਤੋਂ ਟਿਕਟ ਨਾ ਮਿਲਣ ਤੋਂ ਪਾਰਟੀ ਨਾਲ ਖਾਸੇ ਨਾਰਾਜ਼ ਹਨ। ਧੀਮਾਨ ਦਾ ਕਹਿਣਾ ਹੈ ਕਿ ਪਛੜੀਆਂ ਸ਼੍ਰੇਣੀਆਂ ਨੂੰ ਅੱਖੋਂ ਪਰੋਖੇ ਕਰਨ ਨਾਲ ਪਾਰਟੀ ਦਾ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤਣ ਦਾ ਸੁਪਨਾ ਟੁੱਟ ਸਕਦਾ ਹੈ। ਜਸਵਿੰਦਰ ਧੀਮਾਨ ਮੁਤਾਬਿਕ ਸੰਗਰੂਰ ਵਿਚ ਰਾਮਗੜੀਆ ਦੇ ਨਾਲ ਨਾਲ ਹੋਰ BC ਭਾਈਚਾਰੇ ਦਾ ਚੰਗਾ ਆਧਾਰ ਹੈ, ਪਰ ਪਾਰਟੀ ਨੇ ਉਹਨਾਂ ਨੂੰ ਟਿਕਟ ਦਾ ਭਰੋਸਾ ਦੇਣ ਮਗਰੋਂ ਟਿਕਟ ਨਾ ਦੇ ਕੇ ਪਾਰਟੀ ਨੇ ਜਿੱਤੀ ਹੋਈ ਸੀਟ ਹਾਰ ਲਈ ਹੈ। ਇਹ ਮੰਨਦਾ ਕਿ ਜਿਹੜਾ ਕੁਝ ਪਾਰਟੀ ਨੇ ਇਸ ਵਾਰ ਕੀਤਾ ਇਹ ਇੱਕ ਕੁੱਲ ਮਿਲਾ ਕੇ BC ਭਾਈਚਾਰੇ ਦੇ ਉੱਪਰ, SC ਭਾਈਚਾਰੇ ਦੇ ਉੱਪਰ ਔਰ ਖਾਸ ਕਰਕੇ ਯੂਥ ਦੇ ਉੱਪਰ ਬਹੁਤ ਵੱਡਾ ਅਤਿਆਚਾਰ ਹੋਇਆ। ਬੇਸ਼ੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀ ਬਾਕੀ ਹੋਏ ਆਗੂਆਂ ਨੂੰ ਟਿਕਟ ਦਾ ਲਾਲਚ ਛੱਡ ਕੇ ਪਾਰਟੀ ਲਈ ਕੰਮ ਕਰਨ ਦੀ ਸਲਾਹ ਦਿੱਤੀ ਸੀ, ਪਰ ਸੰਗਰੂਰ ਤੋਂ ਟਿਕਟ ਨਾ ਮਿਲਣ ਕਾਰਨ ਜਸਵਿੰਦਰ ਧੀਮਾਨ ਨੇ ਕਿਹਾ ਕਿ ਉਹ ਆਜ਼ਾਦ ਚੋਣ ਲੜਨਗੇ ਕਿ ਨਾ, ਇਸ ਦਾ ਫੈਸਲਾ ਆਉਂਦੇ ਦਿਨਾਂ ਵਿੱਚ ਲੈ ਲੈਣਗੇ। ਲਗਾਤਾਰ ਲੋਕ ਮਿਲ ਰਹੇ ਨੇ, ਲੋਕਾਂ ਨੂੰ ਫੋਨ ਆ ਰਹੇ ਨੇ, ਪਰ ਸਾਡਾ ਇੱਕੋ ਫੈਸਲਾ ਕਿ ਜੋ ਲੋਕ ਕਹਿ ਦੇਣਗੇ, ਲੋਕ ਕਹਿ ਦੇਣਗੇ ਵੀ ਧੀਮਾਨ ਸਿਆਸਤ ਛੱਡ ਕੇ ਘਰੇ ਬਹਿ ਜਾ, ਮੈਂ ਘਰੇ ਬਹਿ ਜਾਊਂਗਾ, ਲੋਕ ਕੋਈ ਹੋਰ ਰਾਹ ਦੱਸਣਗੇ, ਮੈਂ ਉਸ ਰਾਹ ਚੱਲੂਗਾ, ਹੋਰ ਜੋ ਲੋਕ ਕਹਿਣਗੇ ਮੈਂ ਲੋਕਾਂ ਪਿੱਛੇ। ਪਰ ਇਹ ਬੇਸ਼ੱਕ ਕਾਂਗਰਸ ਨੂੰ ਜੋ ਮਰਜ਼ੀ ਕਹੀ ਜਾਣ, ਪਰ ਅਸੀਂ ਢਾਡੀ ਲਾਏ ਆ ਤੇ ਗੁਰੂ ਦਾ ਲੰਗਰ ਲਾਇਆ ਤੇ ਅਖੀਰ ਤੇ ਢੋਲ ਥੋੜਾ ਜਿਹਾ ਖੜਕਾਇਆ ਜਗੀਰ ਕੌਰ। ਸਿਆਸਤ ਵਿੱਚ ਮਰਿਆਦਾ ਦਿਨੋ ਦਿਨ ਡਿੱਗਦੀ ਜਾ ਰਹੀ ਹੈ ਤੇ ਸਿਆਸਤਦਾਨਾਂ ਦਾ ਮਕਸਦ ਬਸ ਸੱਤਾ ਹਾਸਿਲ ਕਰਨਾ ਹੀ ਰਹਿ ਗਿਆ ਹੈ। ਇਸ ਦੇ ਪੁਖਤਾ ਉਦਾਹਰਣ ਵੇਖਣ ਨੂੰ ਮਿਲੀ ਹਲਕਾ ਖੰਡੂਰ ਸਾਹਿਬ ਵਿੱਚ ਕਾਂਗਰਸ ਵੱਲੋਂ ਕੀਤੀ ਰੈਲੀ ਵਿੱਚ। ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਖੁਦ ਕਬੂਲ ਕਰ ਰਹੇ ਨੇ ਕਿ ਅਸੀਂ ਰੈਲੀ ਵਿੱਚ ਢਾਡੀ ਲਾਏ, ਲੰਗਰ ਲਗਾਇਆ ਤੇ ਫਿਰ ਜਗੀਰੋ ਦਾ ਢੋਲ ਖੜਕਾਇਆ। ਪਰ ਇਹ ਬੇਸ਼ੱਕ ਕਾਂਗਰਸ ਨੂੰ ਜੋ ਮਰਜ਼ੀ ਕਹੀ ਜਾਣ, ਪਰ ਅਸੀਂ ਢਾਡੀ ਲਾਏ ਆ ਤੇ ਗੁਰੂ ਦਾ ਲੰਗਰ ਲਾਇਆ ਤੇ ਅਖੀਰ ਤੇ ਢੋਲ ਥੋੜਾ ਜਿਹਾ ਖੜਕਾਇਆ ਜਗੀਰ ਕੌਰ। ਦੱਸਦੇ ਹੈ ਕਿ ਬੀਬੀ ਜਗੀਰ ਕੌਰ ਅਕਾਲੀ ਦਲ ਵੱਲੋਂ ਇਸ ਹਲਕੇ ਤੋਂ ਉਮੀਦਵਾਰ ਹਨ। ਪੰਜਾਬੀ ਗੀਤ ਢੋਲ ਜਗੀਰੋ ਦਾ ਚੱਲ ਰਿਹਾ ਸੀ ਤੇ ਮਰਿਆਦਾ ਭੁੱਲੇ ਕਾਂਗਰਸੀ ਵਰਕਰ ਇਸ ਗੀਤ ਉੱਤੇ ਭੰਗੜਾ ਪਾਉਂਦੇ ਹੋਏ ਬੀਬੀ ਜਗੀਰ ਕੌਰ ਤੇ ਕਟਾਕਸ਼ ਕਰ ਰਹੇ ਸਨ। ਫਰੀਦਕੋਟ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸਦੀਕ ਵੱਲੋਂ ਬਾਬਾ ਫਰੀਦ ਜੀ ਦੇ ਅਸਥਾਨ ਟਿੱਲਾ ਬਾਬਾ ਫਰੀਦ ਜੀ ਤੇ ਨਤਮਸਤਕ ਹੋ ਕੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਪਹਿਲੀ ਵਾਰ ਮੁਹੰਮਦ ਸਦੀਕ ਦੇ ਨਾਲ ਦੁਗਾਣਾ ਕਰਨ ਵਾਲੀ ਪੰਜਾਬ ਦੀ ਮਕਬੂਲ ਗਾਇਕ ਬੀਬੀ ਰਣਜੀਤ ਕੌਰ ਨੇ ਵੀ ਸਟੇਜ ਤੇ ਹਾਜ਼ਰ ਹੋਏ, ਜਿਸ ਨੇ ਸਦੀਕ ਲਈ ਵੋਟਾਂ ਮੰਗੀਆਂ। ਦੱਸਦੀ ਕਿ ਇਸ ਚੋਣ ਪ੍ਰਚਾਰ 'ਚ ਬਹੁਤ ਸਾਰੇ ਕਾਂਗਰਸੀ ਵਰਕਰ ਅਤੇ ਲੀਡਰ ਇਕੱਠੇ ਹੋਏ। ਅਕਾਲੀ ਦਲ ਨੇ ਜੋ ਕੁਛ ਪਹਿਲਾਂ ਕੀਤਾ ਉਹ ਤਾਂ ਉਸ ਉਹਦੇ ਕਰਕੇ ਉਹ ਬੈਕਫੁੱਟ 'ਤੇ ਪਹੁੰਚੇ ਹੋਏ ਨੇ। ਹੁਣ ਜੋ ਅਕਾਲੀ ਦਲ ਨੇ ਕੀਤਾ ਵੀ ਇਲੈਕਸ਼ਨ ਕਮਿਸ਼ਨ ਨੂੰ ਉਹਨਾਂ ਨੇ ਸ਼ਿਕਾਇਤ ਕਰ ਦਿੱਤੀ ਕੰਵਰ ਪ੍ਰਤਾਪ ਸਿੰਘ ਜੀ ਦੀ, ਹੈਂਜੀ, ਇਹਦੇ ਕਰਕੇ ਲੋਕਾਂ ਦੇ ਮਨ 'ਚ ਪੂਰਾ ਆ ਗਿਆ ਵੀ ਇਹਨਾਂ ਨੇ ਜਾਣ ਕੇ ਉਹਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਇਹ ਫਸਣ ਵਾਲੇ ਸੀਗੇ। ਕੋਈ ਗੱਲ ਨਹੀਂ, ਇਲੈਕਸ਼ਨ ਤੋਂ ਬਾਅਦ ਫਸ ਜਾਣਗੇ। ਜੋ ਕੁਛ ਇਹਨਾਂ ਨੇ ਕੀਤਾ ਗੁਰੂ ਮਹਾਰਾਜ ਨੂੰ ਮਾਫ਼ ਨਹੀਂ ਕਰੂਗਾ। ਸਰਕਾਰਾਂ ਦੀਆਂ ਗੱਲਾਂ ਹੋਰ ਹੁੰਦੀਆਂ ਨੇ, ਪਰ ਉੱਪਰਲਾ ਵੀ ਕੋਈ ਬੈਠਾ। ਆਪਣੇ ਪ੍ਰਚਾਰ ਦੌਰਾਨ ਮੁਹੰਮਦ ਸਦੀਕ ਨੇ ਮੋਦੀ ਸਰਕਾਰ ਤੇ ਅਕਾਲੀ ਦਲ ਤੇ ਜੰਮ ਕੇ ਭੜਾਸ ਕਰਦੇ ਨਜ਼ਰ ਆਏ। ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਗਰਮੀਆਂ ਸ਼ੁਰੂ ਹੁੰਦਿਆਂ ਹੀ ਮਾਲਵਾ ਇਲਾਕੇ ਦੇ ਯਾਤਰੀਆਂ ਲਈ ਖੁਸ਼ੀ ਦੀ ਖਬਰ ਹੈ, ਕਿਉਂਕਿ ਪਟਿਆਲਾ ਤੋਂ ਅਬੋਹਰ ਵਿਚਕਾਰ ਵਾਇਆ ਸੰਗਰੂਰ, ਰਾਮਪੁਰਾ ਫੂਲ, ਬਠਿੰਡਾ, ਗਿੱਦੜਬਾਹਾ, ਮਲੋਟ ਘੱਟ ਕਿਰਾਏ ਵਿੱਚ ਰਾਜਧਾਨੀ ਐਕਸਪ੍ਰੈਸ AC ਬੱਸ ਸ਼ੁਰੂ ਕੀਤੀ ਗਈ ਹੈ। ਹੁਣ ਯਾਤਰੀ ਘੱਟ ਕਿਰਾਏ ਵਿੱਚ AC ਦਾ ਆਨੰਦ ਲੈ ਸਕਣਗੇ। ਰਾਜਧਾਨੀ ਸੁਪਰਫਾਸਟ ਬੱਸ ਪਟਿਆਲਾ ਤੋਂ ਸਵੇਰੇ 6:40 ਤੇ ਚੱਲ ਕੇ ਬਠਿੰਡਾ 9:40 ਅਤੇ ਅਬੋਹਰ 12:25 ਤੇ ਪੁੱਜੇਗੀ। ਵਾਪਸੀ ਵਿੱਚ ਅਬੋਹਰ ਤੋਂ ਦੁਪਹਿਰ 12:40 ਤੇ ਚੱਲ ਕੇ ਬਠਿੰਡਾ 2:20 ਅਤੇ ਪਟਿਆਲਾ ਸ਼ਾਮ 5:40 ਤੇ ਪੁੱਜੇਗੀ। ਇਹ ਜਾਣਕਾਰੀ ਰਾਜਧਾਨੀ ਬੱਸ ਦੇ ਸਬੰਧਿਤ ਦਫ਼ਤਰ ਵੱਲੋਂ ਦਿੱਤੀ ਗਈ। ਨਵੀਂ AC ਰਾਜਧਾਨੀ ਸੁਪਰਫਾਸਟ ਸ਼ੁਰੂ ਹੋਣ ਨਾਲ ਯਾਤਰੀਆਂ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ।
देश विच हो रही लोक सभा चोणां दे मद्देनजर इस बार पंजाब दीआं 13 लोक सभा सीटां तों जिथे बहुकोणा मुकाबले हो रहे हन उथे ही मालवा खेतर दी अहम फरीदकोट सीट तों इस बार एक दिलचस्प नजारा देखण नूं मिलेगा। इस सीट ते 3 अजिहे उम्मीदवार चोण मैदान विच नितरे हन जिन्हां दा 2017 दीआं विधान सभा चोणां विच पहलां वी मुकाबला हो चुका है। लोक सभा हलका फरीदकोट तों कांग्रेस वल्लों उगे गायक मोहम्मद सदीक नूं अपना उम्मीदवार बनाउण तों बाद रामपुरा फूल शहर च वी चोण मुहिम पक्की शुरू हो गई है। शहरी प्रधान संजीव टीना दी अगवाई हेठ कीती प्रेस कॉन्फ्रेंस दौरान लोक सभा हलका फरीदकोट तों कांग्रेस वल्लों उगे गायक मोहम्मद सदीक दी जित नूं यकीनी बनाउण लई शहर वासियां ने सहयोग दी मांग कीती ते 17 अप्रैल नूं मोहम्मद सदीक दे हक विच सिद्धू पैलेस चलाल विखे पहुंचण दी अपील कीती। इस मौके शहर दे उगे कांग्रेसी अहुदेदार ते वर्कर शामिल होए। हलका फरीदकोट तों साडे कांग्रेस पार्टी दे उम्मीदवार श्री मोहम्मद सदीक जी जिन्हां नूं साडे कांग्रेस पार्टी वल्लों उम्मीदवार बनाया गया उन्हां दी फरीदकोट हल्के दे विच उन्हां दी चोण जो आरंभ दित्ती गई है इलैक्शन कंपेन शुरू कर दित्ती गई है उस दे तहत साडे रामपुरा फूल हल्के दे विच सिद्धू पैलेस जलाल विखे सरदार गुरप्रीत सिंह जी कांगड़ पंजाब दे कैबिनेट दे पावर मिनिस्टर दी अगवाई हेठ साडी 17 अप्रैल दिन बुधवार नूं सुबह 9 बजे एक वर्कर मीटिंग रखी गई है। सो साडे सारे ही ਹਲਕਾ ਰਾਮਪੁਰ ਫੂਲ ਅਤੇ ਸਾਰੇ ਹਲਕੇ ਦੇ ਵਿੱਚੋਂ ਬੜੀ ਵੱਡੀ ਗਿਣਤੀ ਦੇ ਵਿੱਚ ਉੱਥੇ ਵਰਕਰ ਪਹੁੰਚ ਰਹੇ ਹਨ ਅਤੇ ਉਹਨਾਂ ਦੀ ਜੋ ਉਹਨਾਂ ਦੀ ਸਰਦਾਰ ਗੁਰਪ੍ਰੀਤ ਸਿੰਘ ਕਾਂਗੜ ਜੀ ਦੀ ਜੋ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਸੀਂ ਉਹਨਾਂ ਦੀ ਕੰਪੇਨ ਸ਼ੁਰੂ ਕਰ ਦਿੱਤੀ ਹੈ। ਤੋ ਜੋ ਅਸੀਂ ਉਹਨਾਂ ਦੀ ਬੜੀ ਵੱਡੀ ਗਿਣਤੀ ਦੇ ਵਿੱਚ ਮਾਮਾ ਸਦੀਕ ਨੂੰ ਜਿਤਾ ਕੇ ਸ਼੍ਰੀ ਰਾਹੁਲ ਗਾਂਧੀ ਜੀ ਦੇ ਸਿਆਸਤ ਮਜ਼ਬੂਤ ਕਰਨੇ ਹੈ ਅਤੇ ਸੈਂਟਰ ਸਰਕਾਰ ਦੇ ਵਿੱਚ ਅਸੀਂ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣੀ ਹੈ।